double face characters ਆ ਨਾ ਉਹ ਸਾਹਮਣੇ ਆਉਂਦੇ ਆ ਕਿਵੇਂ ਆਉਂਦੇ ਆ ਪਹਿਲਾਂ ਤਾਂ ਇਹ ਗੱਲ ਲੀਗਲ ਤੇ ਇਲੀਗਲ ਕੀ ਆ ਇਹ ਬੈਠੇ ਆਪਦੇ ਆ ਦਫ਼ਤਰਾਂ ਚ ਜਾਂ ਸਭ ਤੋਂ ਵੱਡੀ ਚੀਜ਼ ਕਨਸਟੀਟਿਊਸ਼ਨ ਬਣਾਉਣ ਵੇਲੇ ਪਾਰਲੀਮੈਂਟ ਚ ਬਹਿ ਕੇ ਡਿਸਾਈਡ ਕਰ ਦਿੰਦੇ ਆ ਲੋਕਾਂ ਨਾਲ ਇਹਨਾਂ ਦਾ ਕੋਈ ਸਰੋਕਾਰ ਹੀ ਨਹੀਂ ਆ ਕਿਸਾਨੀ ਸੰਘਰਸ਼ ਤੋਂ ਸਾਨੂੰ ਕਲੀਅਰ ਹੋ ਗਿਆ ਵੀ ਕਾਨੂੰਨ ਕੀ ਆ ਤੇ ਲੋਕਤੰਤਰ ਕੀ ਆ ਇਹ ਆਪਦੀ ਕਨਵੀਨੀਅੰਸ ਦੇ ਹਿਸਾਬ ਨਾਲ ਇੱਕ ਹੁੰਦਾ ਰੂਲ ਇੱਕ ਹੁੰਦਾ ਲਾਅ ਇੱਕ ਹੁੰਦੀ ਹੈ ਕਨਵੀਨੀਅੰਸ ਅੱਜ ਅਸੀਂ ਹਮਲੇ ਕਰਦੇ ਹਾਂ ਕਦੇ ਅਸੀਂ ਅਕਾਲੀਆਂ ਵੱਲ ਨੂੰ ਹੋ ਜਾਂਦੇ ਹਾਂ ਕਦੇ ਅਸੀਂ ਬੀਜੇਪੀ ਵੱਲ ਨੂੰ ਹੋ ਜਾਂਦੇ ਹਾਂ ਕਦੇ ਕਾਂਗਰਸ ਵੱਲ ਨੂੰ ਹੋ ਜਾਂਦੇ ਹਾਂ ਇਹ ਤਾਂ ਸਟੇਟ ਦੇ ਉਹ ਐਸਪੈਕਟ ਆ ਜਿਨ੍ਹਾਂ ਨੂੰ ਸਟੇਟ 5 ਸਾਲਾਂ ਬਾਅਦ ਆਪ ਹੀ ਚੇਂਜ ਕਰ ਦਿੰਦੀ ਹੈ ਸਟੇਟ ਕ੍ਰਾਫਟ ਜਿਹਨੂੰ ਕਹਿੰਦੇ ਆ ਉਹਨੂੰ ਜੇ ਅਸੀਂ ਸਮਝਣ ਲੱਗਾਂਗੇ ਨਾ ਫਿਰ ਸਾਨੂੰ ਇਹ ਪਤਾ ਲੱਗੂ ਪੰਜਾਬ ਦੇ ਮਸਲੇ ਕੀ ਆ ਇਹਦੀ ਜੜ ਕਿੱਥੇ ਪਈ ਆ ਉਹ ਜੜ ਨੂੰ ਬਿਮਾਰੀ ਦੀ ਜੜ ਨੂੰ ਅਸੀਂ ਪੱਟਾਂਗੇ ਕਿਵੇਂ ਸੋ ਸਾਨੂੰ ਉਲਝਾਇਆ ਕਿੱਥੇ ਜਾਂਦਾ ਜਿਹੜੇ ਸਾਡੇ ਪੰਜਾਬ ਦੇ ਪੋਲੀਟੀਸ਼ੀਅਨ ਆ ਅੱਜ ਦੇ ਸਮੇਂ 'ਚ ਉਹ ਵੀ ਵਿਕਟਮ ਆ ਇਹਨੂੰ ਤੁਸੀਂ ਸਮਝੋ ਗੱਲ ਨੂੰ ਇਸ ਗੱਲ 'ਤੇ ਵੀ ਬਵਾਲ ਉੱਠ ਸਕਦਾ ਵੀ ਉਹਨਾਂ ਨੂੰ ਵਿਕਟਮ ਕਹੀ ਜਾਂਦੇ ਵਾਕਈ ਵਿਕਟਮ ਆ ਉਹਨਾਂ ਕੋਲੇ ਤਾਂ ਪਾਵਰ ਹੀ ਨਹੀਂ ਰਹੀ ਚੋਣਾਂ ਜਿੱਤੋ MLA MP ਬਣੋ ਅਤੇ ਫਿਰ ਕੋਈ ਹੱਲ ਮਿਲੂਗਾ ਇਹ ਮਾਨਸਿਕਤਾ ਸਾਡੇ ਕਿਤੇ ਨਾ ਕਿਤੇ ਅਧੂਰਾ ਸੱਚ ਹੈ ਜਿਹੜਾ ਕਿ ਝੂਠ ਤੋਂ ਵੀ ਵੱਧ ਖਤਰਨਾਕ ਹੁੰਦਾ ਸਾਨੂੰ ਚੋਣਾਂ 'ਚ 15-20% ਪੰਜਾਬ ਦਾ ਹੱਲ ਮਿਲ ਸਕਦਾ ਇਹਦੇ ਉੱਤੇ ਨਹੀਂ ਸਰਕਾਰ ਨੇ ਸ਼ਕਤੀ ਦਾ ਕੇਂਦਰੀਕਰਨ ਕਰ ਲਿਆ ਹੈ ਇਸੇ ਦੇ ਚੱਲਦਿਆਂ ਸੰਵਿਧਾਨ 'ਚ ਸੋਧਾਂ ਹੀ ਇਹ ਹੋਈਆਂ ਨੇ ਕਿ ਕੇਂਦਰ ਸਰਕਾਰ ਰਾਜਾਂ ਤੋਂ ਸ਼ਕਤੀ ਖੋ ਕੇ ਆਪਣੇ ਹੱਥਾਂ 'ਚ ਕਿਵੇਂ ਲੈ ਕੇ ਜਾਂਦੀ ਹੈ ਇਹ ਕਹਿਣਾ ਹੈ ਦੀਪ ਸਿੱਧੂ ਦਾ ਦੀਪ ਸਿੱਧੂ ਨੇ ਪੰਜਾਬ ਦੀ ਸਿਆਸਤ 'ਚ ਹੋ ਰਹੇ ਬਦਲਾਅ ਅਤੇ ਨਵੇਂ ਮੁੱਖ ਮੰਤਰੀ 'ਤੇ ਵੀ ਆਪਣਾ ਪ੍ਰਤੀਕਰਮ ਦਿੱਤਾ ਹੈ ਆਪਾਂ ਸ਼ਹੀਦ ਦੀ ਗੱਲ ਕਰ ਰਹੇ ਹਾਂ ਸ਼ਹੀਦੀ ਜਾਂ ਸ਼ਹਾਦਤ ਤੁਸੀਂ ਜਸਵੰਤ ਸਿੰਘ ਖਾਲੜਾ ਜੀ ਦੀ ਨਾ ਸਪੀਚ ਸੁਣ ਕੇ ਦੇਖੋ ਜਿਹੜੇ ਉਹ ਜਿਹੇ ਜਿਨ੍ਹਾਂ ਕੋਲ ਰੋਸ਼ਨ ਦਿਮਾਗ ਵੀ ਸੀ ਅਤੇ ਉਹਨਾਂ ਕੋਲ ਸਪਿਰਚੁਅਲ ਜਾਂ ਸਿੱਖੀ ਨੂੰ ਸੂਖਮ ਰੂਪ 'ਚ ਸਮਝਣ ਦੀ ਸਮਰੱਥਾ ਵੀ ਸੀ ਅਸੀਂ ਉਹਨਾਂ ਤੋਂ ਹੀ ਸਿੱਖਦੇ ਹਾਂ ਨਾ ਆਪਦੇ ਉਹਨਾਂ ਬੰਦਿਆਂ ਤੋਂ ਸਿੱਖਦੇ ਹਾਂ ਜਿਹੜੇ ਸਾਡੇ ਰੋਲ ਮਾਡਲ ਹੁੰਦੇ ਆ ਉਹਨਾਂ ਨੇ ਕੀ ਗੱਲ ਕਹੀ ਉਹ ਕਹਿੰਦੇ ਗੁਰੂ ਹੁਣ ਗਾਂਹ ਕਿਸੇ ਨੂੰ ਗੁਰੂ ਤਾਂ ਬਣਾ ਨਹੀਂ ਸਕਦਾ ਕਿਉਂਕਿ ਉਹ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਕੋਲ ਆ ਪਦਵੀ ਪਰ ਗੁਰੂ ਕੋਲ ਇੱਕ ਗੱਲ ਪਈ ਆ ਉਹ ਦੁੱਧ ਪੁੱਤ ਦੀ ਅਸੀਸ ਤੋਂ ਵੀ ਵੱਡੀ ਗੱਲ ਆ ਸ਼ਹਾਦਤ ਉਹ ਗੁਰੂ ਰੱਖ ਲੈਂਦਾ ਆਪਦੇ ਕੋਲ ਅਤੇ ਗੁਰੂ ਤੁਹਾਨੂੰ ਨਵਾਜ਼ਦਾ ਸ਼ਹਾਦਤ ਨਾਲ ਹੈ ਨਾ ਇਹ ਮਿੱਥ ਕੇ ਗੱਲਾਂ ਨਹੀਂ ਹੁੰਦੀਆਂ ਸੋ ਜਿਹੜੀਆਂ ਇਹੋ ਜਿਹੀਆਂ ਪਾਕੀਜ਼ ਪਵਿੱਤਰ ਸਾਡੀ ਸ਼ਬਦਾਵਲੀ ਆ ਉਹਦੇ ਅਰਥ ਕੀ ਆ ਇਹ ਵੀ ਅਰਥ ਸਾਨੂੰ ਸਾਡੇ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਜਿਨ੍ਹਾਂ ਨੂੰ ਸ਼ਹੀਦਾਂ ਦੇ ਸਰਤਾਜ ਕਿਹਾ ਗਿਆ ਉਦੋਂ ਬਾਅਦ ਨੌਵੇਂ ਪਾਤਸ਼ਾਹ ਫਿਰ ਸਿੰਘ ਸ਼ਹੀਦ ਫਿਰ ਅਰਦਾਸ 'ਚ ਅਸੀਂ ਰੋਜ਼ ਸਿੰਘ ਸ਼ਹੀਦਾਂ ਦਾ ਨਾਂ ਲੈ ਕੇ ਹੈ ਨਾ ਅਰਦਾਸ ਕਰਦੇ ਹਾਂ ਉਹ ਪਾਕੀਜ਼ਗੀ ਨੂੰ ਆਪਾਂ ਬਰਕਰਾਰ ਰੱਖੀਏ ਇਹਦਾ ਮਤਲਬ ਇਹ ਨਹੀਂ ਜਿਹੜੇ ਕਿਸਾਨੀ ਸੰਘਰਸ਼ 'ਚ ਕੁਰਬਾਨੀਆਂ ਜਿਨ੍ਹਾਂ ਨੇ ਦਿੱਤੀਆਂ ਜਿਹੜੇ ਬੰਦੇ ਉੱਥੇ ਬੈਠੇ ਹੈ ਨਾ ਉਹ ਅਕਾਲ ਚਲਾਣਾ ਕਰ ਗਏ ਆਪਾਂ ਉਹਨਾਂ ਨੂੰ ਇਹ ਕਹਿ ਰਹੇ ਹਾਂ ਵੀ ਸਾਡੇ ਕੋਲ ਉਹਨਾਂ ਦੀ ਕੋਈ ਇੱਜ਼ਤ ਨਹੀਂ ਇਹ ਤਾਂ ਕੋਈ ਕਹਿ ਹੀ ਨਹੀਂ ਰਿਹਾ ਆਪਾਂ ਤਾਂ ਉਹਨਾਂ ਦੇ ਦੇਣਦਾਰ ਹਾਂ ਉਹ ਵੀ ਸਾਨੂੰ ਕਿਸੇ ਉਹਨਾਂ ਨੇ ਆਪਦੇ ਇੱਕ ਖਿੱਤੇ ਲਈ ਇੱਕ ਪੂਰੇ ਪੰਜਾਬ ਲਈ ਇੱਕ ਸੰਘਰਸ਼ ਜਿਹੜਾ ਉੱਠਿਆ ਉਹਦੇ 'ਚ ਜਾ ਕੇ ਆਪਦੀ ਜਾਨ ਕੁਰਬਾਨ ਕੀਤੀ ਆ ਇਹਦੇ ਲਈ ਇਹਦੇ ਇਦੋਂ ਵੱਡੀ ਗੱਲ ਹੋਰ ਕੀ ਹੋਊਗੀ ਪਰ ਅਸੀਂ ਪਾਕੀਜ਼ਗੀ ਜਿਹੜੀ ਸ਼ਹਾਦਤ ਦੀ ਆ ਉਹਦੇ 'ਚ ਅਤੇ ਇਹਨਾਂ ਅਰਥਾਂ 'ਚ ਥੋੜ੍ਹਾ ਜਿਹਾ ਫਰਕ ਤਾਂ ਸਮਝੀਏ ਜੇ ਅਸੀਂ ਇਹਨਾਂ ਆਪਦੀ ਇਹਨਾਂ ਪਾਕੀਜ਼ਗੀ ਜਾਂ ਸਾਡੇ ਜਿਹੜੇ ਫਲਸਫੇ ਆ ਸਾਡੇ ਸਿਧਾਂਤ ਆ ਇਹਨਾਂ ਨੂੰ ਅੱਜ ਖੋਰ ਲਿਆ ਡੈਲਿਊਟ ਕਰ ਲਿਆ ਫਿਰ ਬਾਈ ਜੀ ਗੱਲ ਪਤਾ ਕੀ ਹੁੰਦੀ ਆ ਫਿਰ ਰੁਕੂਗੀ ਗੱਲ ਕਿੱਥੇ ਜਾ ਕੇ ਸਾਡੇ ਹੱਥ 'ਚ ਨਹੀਂ ਰਹਿਣੀ ਸੋ ਗੱਲ ਨੂੰ ਗੱਲ ਕਿਸੇ ਹੋਰ ਢੰਗ 'ਚ ਕਹੀ ਜਾਂਦੀ ਆ ਕਿਸੇ ਹੋਰ ਮਾਹੌਲ 'ਚ ਕਹੀ ਜਾਂਦੀ ਆ ਉਸ ਗੱਲ ਦੇ ਅਰਥ ਕੁਛ ਹੋਰ ਘੱਟ ਦਿੱਤੇ ਜਾਂਦੇ ਆ ਅਤੇ ਉਹ ਐਂ ਬਣਾ ਦਿੱਤਾ ਜਾਂਦਾ ਵੀ ਦੀਪ ਸਿੱਧੂ ਤਾਂ ਇਹਨਾਂ ਨੂੰ ਮੰਨਦਾ ਹੀ ਨਹੀਂ ਦੀਪ ਸਿੱਧੂ ਤਾਂ ਉਸੇ ਕਿਸਾਨੀ ਸੰਘਰਸ਼ 'ਚ ਹੀ ਆਇਆ ਨਾ ਉਹ ਦੀਪ ਸਿੱਧੂ ਤਾਂ ਪਹਿਲਾਂ ਇੱਕ ਐਕਟਰ ਸੀ ਉਸ ਕਿਸਾਨੀ ਸੰਘਰਸ਼ 'ਚ ਆ ਕੇ ਪੰਜਾਬ ਨਾਲ ਜਦੋਂ ਰੂਬਰੂ ਹੋਏ ਹਾਂ ਪਿੰਡਾਂ 'ਚ ਸਾਰਿਆਂ ਨਾਲ ਰੂਬਰੂ ਹੋਏ ਹਾਂ ਉਸ ਕਿਸਾਨੀ ਸੰਘਰਸ਼ ਤੋਂ ਜਾਂ ਕਿਸਾਨੀ ਸੰਘਰਸ਼ 'ਚ ਜਾਨਾਂ ਜਿਹੜੀਆਂ ਕੁਰਬਾਨ ਹੋਈਆਂ ਉਹਨਾਂ ਤੋਂ ਮੁੜ ਕੇ ਕਿਵੇਂ ਹੋ ਜਾਂਦੀ ਇਹ ਹਮੇਸ਼ਾ ਹੀ ਹੁੰਦਾ ਕਿਉਂ ਹੁੰਦਾ ਕਿਉਂਕਿ ਜਦੋਂ ਤੁਸੀਂ ਕਿਸੇ ਥਾਂ 'ਤੇ ਆ ਕੇ ਆਪਦੀ ਇੱਕ ਨਵੀਂ ਜਗ੍ਹਾ ਬਣਾ ਰਹੇ ਹੋ ਇੱਕ ਸਪੇਸ ਬਣਾ ਰਹੇ ਹੋ ਨਾ ਤਾਂ ਸਪੇਸ ਤੁਹਾਨੂੰ ਕੋਈ ਦਿੰਦਾ ਨਹੀਂ ਹੁੰਦਾ ਅਤੇ ਜਿਹੜੇ ਸਪੇਸ ਆਕੂਪਾਈ ਕਰਕੇ ਬੈਠੇ ਆ ਲੋਕ ਉਹਨਾਂ ਨੇ ਇਨਸਿਕਿਓਰ ਹੋ ਜਾਣਾ ਹੁੰਦਾ ਵੀ ਕੋਈ ਇਹ ਨਵਾਂ ਕਿੱਥੋਂ ਉੱਠ ਖੜਾ ਹਾਲਾਂਕਿ ਆਪਾਂ ਕਿਸੇ ਨੂੰ ਥਰੈਟ ਨਹੀਂ ਕਰ ਰਹੇ ਕਿਸੇ ਦੀ ਸਪੇਸ ਨਹੀਂ ਲੈ ਰਹੇ ਹੈ ਨਾ ਪਰ ਉਹ ਇਸ ਇਨਸਿਕਿਓਰਿਟੀ 'ਚੋਂ ਇਹ ਗੱਲਾਂ ਨਿਕਲਦੀਆਂ ਵੀ ਆਹ ਗੱਲ ਫੜੋ ਅਤੇ ਇਹਦੇ 'ਤੇ ਅਟੈਕ ਕਰੋ ਪਰ
एंड च नतारा जिहड़ा होना हुंदा नित्तर के जदों गल सामने आउंदी आ उह गल कल नूं कल नहीं तां परसों इसे गल ते आ जाणी आ। सो असीं आपदी सभ्याचारक होंद नूं ते साडे सिधांतां ते साडे फलसफ्यां नूं खोर नहीं सकदे, असीं उहनां नूं उवें ही प्रोटेक्ट रखांगे। हांजी, देखो गल एक गल समझिए, ਇਹ ਪੋਲੀਟੀਕਲ ਸਟਰਗਲ ਤਾਂ ਸਾਨੂੰ ਪਤਾ, ਇਹ ਪੋਲੀਟੀਕਲ ਸਿਸਟਮ 'ਚੋਂ ਇਹ ਅੰਦੋਲਨ ਨਿਕਲਿਆ ਨਾ। ਪੋਲੀਟੀਕਲ ਸਿਸਟਮ ਕੀ ਆ? ਪੋਲੀਟੀਕਲ ਸਿਸਟਮ ਜਿਹੜੀ ਸੈਂਟਰਲਾਈਜੇਸ਼ਨ ਆਫ ਪਾਵਰ ਆ, ਵੀ ਪਾਵਰ ਨੂੰ ਇੰਨਾ ਸੈਂਟਰਲਾਈਜ਼ ਕਰ ਲਿਆ ਉਹਨਾਂ ਨੇ। 72 ਵਾਰੀ ਇੰਡੀਅਨ ਕੋਨਸਟੀਟਿਊਸ਼ਨ 'ਚ ਸੋਧਾਂ ਹੋਈਆਂ। 72 ਵਾਰੀ ਸੋਧਾਂ ਕੀ ਹੋਈਆਂ, ਤੁਸੀਂ ਪਿੱਛੇ ਜਾ ਕੇ ਤਾਂ ਦੇਖੋ। ਉਹ ਸੋਧਾਂ ਹੀ ਇਹ ਹੋਈਆਂ ਵੀ ਪਾਵਰ ਨੂੰ ਸਟੇਟਾਂ ਤੋਂ ਸੂਬਿਆਂ ਤੋਂ ਖੋਹ ਕੇ ਸੈਂਟਰ ਸਰਕਾਰ ਉਹ ਸਾਰੀ ਪਾਵਰ ਨੂੰ ਆਪਦੇ ਹੱਥਾਂ 'ਚ ਕਿਵੇਂ ਲੈ ਕੇ ਜਾਂਦੀ ਹੈ। ਹੁਣ ਇਸ ਪੋਲੀਟੀਕਲ ਸਿਸਟਮ 'ਚੋਂ ਸਾਡਾ ਪੰਜਾਬ ਦਾ ਦੇਖੋ ਮੁੱਖ ਮੰਤਰੀ ਪਿਛਲੇ ਪੌਣੇ ਕੁ 5 ਸਾਲਾਂ ਤੋਂ ਮੁੱਖ ਮੰਤਰੀ ਸਾਡੇ ਸੀਗੇ ਕਿ 4.5 ਸਾਲ ਕਿੰਨਾ ਅਰਸਾ ਹੋ ਗਿਆ, 2 ਮਿੰਟਾਂ 'ਚ ਲਾ ਕੇ। ਅਤੇ ਉਹ ਅੱਜ ਜਾਣ ਵੇਲੇ ਇਹ ਕਹਿ ਰਹੇ ਆ, ਦਿੱਗਜ ਲੀਡਰ ਸੀ ਨਾ, ਵੀ ਮੈਂ ਮਹਿਸੂਸ ਕਰ ਰਿਹਾ ਵੀ ਮੇਰੀ ਬੇਇੱਜ਼ਤੀ ਹੋਈ ਹੈ, ਹੈ ਨਾ, ਮੈਨੂੰ ਹਿਊਮੀਲੇਟ ਕੀਤਾ ਗਿਆ, ਹਿਊਮੀਲੇਸ਼ਨ ਮਹਿਸੂਸ ਕਰ ਰਿਹਾ। ਇਹਦਾ ਮਤਲਬ ਸਾਡਾ ਕੋਈ MLA ਹੋਵੇ, ਸਾਡਾ MP ਹੋਵੇ, ਸਾਡਾ ਮੁੱਖ ਮੰਤਰੀ ਹੋਵੇ, ਕੋਈ ਔਕਾਤ ਨਹੀਂ ਰਹੀ। ਸਾਰੀ ਪਾਵਰ ਹੀ ਸੈਂਟਰ ਦੇ ਹੱਥਾਂ 'ਚ ਬੈਠੀ ਹੈ। ਸੈਂਟਰ ਦਿੱਲੀ ਚਾਹੇ ਜਿਹੜੀ ਮਰਜ਼ੀ, ਦੇਖੋ ਪੋਲੀਟੀਕਲ ਪਾਰਟੀਜ਼ ਦੇ ਉੱਤੇ ਵੀ ਕੁਛ ਗੱਲ ਹੁੰਦੀ ਹੈ। ਪੋਲੀਟੀਕਲ ਪਾਰਟੀਜ਼ ਦੇ ਉੱਤੇ ਇੱਕ ਇੰਡੀਅਨ ਸਟੇਟ ਬੈਠੀ ਹੈ। ਹੁਣ ਜਿਹੜਾ ਅੱਜ ਅਸੀਂ ਹਮਲੇ ਕਰਦੇ ਹਾਂ, ਕਦੇ ਅਸੀਂ ਅਕਾਲੀਆਂ ਵੱਲ ਨੂੰ ਹੋ ਜਾਂਦੇ ਹਾਂ, ਕਦੇ ਅਸੀਂ BJP ਵੱਲ ਨੂੰ ਹੋ ਜਾਂਦੇ ਹਾਂ, ਕਦੇ ਕਾਂਗਰਸ ਵੱਲ ਨੂੰ ਹੋ ਜਾਂਦੇ ਹਾਂ, ਇਹ ਤਾਂ ਸਟੇਟ ਦੇ ਉਹ ਐਸਪੈਕਟ ਆ ਜਿਨ੍ਹਾਂ ਨੂੰ ਸਟੇਟ 5 ਸਾਲਾਂ ਬਾਅਦ ਆਪ ਹੀ ਚੇਂਜ ਕਰ ਦਿੰਦੀ ਹੈ। ਇਹਨਾਂ ਨੂੰ ਹਮਲਾ ਕਰਨਾ ਬਹੁਤ ਸੌਖਾ, ਪਰ ਸਟੇਟ ਦੇ ਸਟਰਕਚਰ ਨੂੰ, ਜਿਹੜੀ ਇੱਕ ਸਟੇਟ ਕ੍ਰਾਫਟ ਜਿਹਨੂੰ ਕਹਿੰਦੇ ਆ, ਉਹਨੂੰ ਜੇ ਅਸੀਂ ਸਮਝਣ ਲੱਗਾਂਗੇ ਨਾ, ਫਿਰ ਸਾਨੂੰ ਇਹ ਪਤਾ ਲੱਗੂ ਪੰਜਾਬ ਦੇ ਮਸਲੇ ਕੀ ਆ, ਇਹਦੀ ਜੜ੍ਹ ਕਿੱਥੇ ਪਈ ਆ, ਉਹ ਜੜ੍ਹ ਨੂੰ, ਬਿਮਾਰੀ ਦੀ ਜੜ੍ਹ ਨੂੰ ਅਸੀਂ ਪੱਟਾਂਗੇ ਕਿਵੇਂ। ਸੋ ਸਾਨੂੰ ਉਲਝਾਇਆ ਕਿੱਥੇ ਜਾਂਦਾ, ਜਿਹੜੇ ਸਾਡੇ ਪੰਜਾਬ ਦੇ ਪੋਲੀਟੀਸ਼ੀਅਨ ਆ ਅੱਜ ਦੇ ਸਮੇਂ 'ਚ, ਉਹ ਵੀ ਵਿਕਟਮ ਆ। ਇਹਨੂੰ ਤੁਸੀਂ ਸਮਝੋ ਗੱਲ ਨੂੰ, ਇਸ ਗੱਲ 'ਤੇ ਵੀ ਬਵਾਲ ਉੱਠ ਸਕਦਾ ਵੀ ਉਹਨਾਂ ਨੂੰ ਵਿਕਟਮ ਕਹੀ ਜਾਂਦੇ, ਵਾਕਈ ਵਿਕਟਮ ਆ, ਉਹਨਾਂ ਕੋਲ ਤਾਂ ਪਾਵਰ ਹੀ ਨਹੀਂ ਰਹੀ। ਤੁਹਾਨੂੰ ਲੱਗਦਾ ਵੀ ਪੰਜਾਬ ਦੇ ਪੋਲੀਟੀਸ਼ੀਅਨਾਂ 'ਚ ਇਮਾਨਦਾਰ ਬੰਦੇ ਹੈ ਨਹੀਂ? ਇਮਾਨਦਾਰ ਬੰਦੇ ਵੀ ਹੋਣਗੇ ਪਰ ਕਰ ਕੁਛ ਨਹੀਂ ਸਕਦੇ। ਸੋ ਇਹਦਾ ਮਤਲਬ ਜਿੱਥੇ ਜਾ ਕੇ ਅੱਜ ਪੋਲੀਟੀਕਲ ਸਟਰਕਚਰ ਖੜ੍ਹ ਗਿਆ, ਉਹ ਪੋਲੀਟੀਕਲ ਸਟਰਕਚਰ ਇੰਨਾ ਸੈਂਟਰਲਾਈਜ਼ ਹੋ ਗਿਆ ਵੀ ਇੱਥੇ ਸੂਬਿਆਂ ਦੇ ਜਿਹੜੇ ਪੋਲੀਟੀਕਲ ਲੀਡਰ ਆ, ਉਹ ਵੀ ਇੱਕ ਵਿਕਟਮ ਦੇ ਤਰ੍ਹਾਂ ਹੀ ਉਹਨਾਂ ਨਾਲ ਉਹ ਮਹਿਸੂਸ ਕਰਦੇ ਆ। ਤਾਂ ਹੀ ਤਾਂ ਮੁੱਖ ਮੰਤਰੀ ਕਹਿ ਰਿਹਾ ਮੈਂ ਕਿਵੇਂ ਬੇਇੱਜ਼ਤ ਮਹਿਸੂਸ ਕਰ ਰਿਹਾ, ਇਹਦਾ ਮਤਲਬ ਮੁੱਖ ਮੰਤਰੀ ਕੋਲ ਕੋਈ ਪਾਵਰ ਹੀ ਹੈ ਨਹੀਂ। ਹੁਣ ਉਹਨਾਂ ਨੇ 3 ਮਹੀਨਿਆਂ ਲਈ ਕਿਸੇ ਹੋਰ ਨੂੰ ਮੁੱਖ ਮੰਤਰੀ ਬਣਾਤਾ ਜੀ, ਹੁਣ ਉਹ ਮੁੱਖ ਮੰਤਰੀ ਸਾਹਿਬ ਸਾਡੇ 'ਤੇ ਮੁੱਖ ਮੰਤਰੀ ਆਪਦੀ ਜੋ ਵੀ ਜ਼ਿੰਮੇਵਾਰੀਆਂ ਨਿਭਾਉਣਗੇ, ਉਹਦੇ 'ਚ 40-50 ਦਿਨ ਉਹਨਾਂ ਨੂੰ ਕੰਮ ਕਰਨ ਨੂੰ ਮਿਲਣਗੇ। ਅਤੇ ਐਡੀ ਕੰਪਲੈਕਸ ਸਿਚੁਏਸ਼ਨ, ਐਡਾ ਕੰਪਲੈਕਸ ਸਮਾਜ ਪੰਜਾਬ ਦਾ, 40-50 ਦਿਨਾਂ 'ਚ ਕੋਈ ਬੰਦਾ ਆ ਕੇ ਸੁਧਾਰ ਸਕਦਾ? ਨਹੀਂ। ਪਰ ਉਹਨਾਂ ਨੇ ਵੋਟਾਂ ਦੀ, ਇਹਨਾਂ ਪੋਲੀਟੀਕਲ ਪਾਰਟੀਆਂ ਨੇ ਵੋਟਾਂ ਦੀ ਸਿਆਸਤ ਖੇਡਣੀ ਆ। ਸਟੇਟ ਨੇ ਸਾਨੂੰ ਉਲਝਾਈ ਰੱਖਣਾ ਇਸ ਐਸਪੈਕਟ 'ਤੇ, ਅਸੀਂ ਇਸ ਐਸਪੈਕਟ ਨਹੀਂ ਆਪਦੇ ਹਮਲੇ ਕਰਦੇ ਰਹਿਣਾ ਵੀ ਦੇਖੋ BJP ਮਾੜੀ ਆ। ਉਹ ਸਾਨੂੰ ਪਤਾ ਮਾੜੀ ਆ, ਸਾਨੂੰ ਪਤਾ ਉਹ ਨਿਰਦਈ ਜ਼ਾਲਮ ਲੋਕ ਆ, ਸਾਨੂੰ ਇਹ ਵੀ ਪਤਾ ਬਾਕੀ ਪੋਲੀਟੀਕਲ ਜਿਹੜੇ ਪਾਰਟੀਜ਼ ਆ ਉਹ ਵੀ ਚੰਗੇ ਨਹੀਂ ਆ, ਹੈ ਨਾ। ਪਰ ਇਹ ਤੋਂ ਉੱਤੇ ਜਦੋਂ ਤੱਕ ਅਸੀਂ ਨਹੀਂ ਦੇਖਦੇ ਵੀ ਸਟੇਟ ਕ੍ਰਾਫਟ, ਸਟੇਟ ਕਿਵੇਂ ਚਲਾ ਰਹੀ ਆ ਪੰਜਾਬ ਨੂੰ, ਇੱਕ ਕਲੋਨੀਅਲ ਸਿਸਟਮ ਜਿਹੜਾ ਸੀ ਨਾ ਜਦੋਂ ਅੰਗਰੇਜ਼ ਸੀ ਇੱਥੇ, ਅਤੇ ਉਦੋਂ ਸਾਡੇ 'ਤੇ ਇਹ ਲੁੱਟ ਕਰਦੇ ਸੀ ਵੀ ਇਹਨਾਂ ਦੇ ਰਿਸੋਰਸਿਸ ਲੁੱਟ ਕੇ ਇੱਥੋਂ ਲੈ ਜਾਈਏ। ਸਾਡੇ ਨਾਲ ਉਹੀ ਕਰਦੇ ਆ, ਸਾਡੇ ਪਾਣੀ, ਸਾਡੇ 'ਤੇ ਜੋ ਖੇਤੀ ਕਾਨੂੰਨ ਅੱਜ ਆਏ ਆ, ਉਹ ਵੀ ਲੁੱਟ ਕਸੋਟੀ ਆ ਨਾ ਕਿਸਾਨੀ ਦੀ। ਇਦੋਂ ਪਹਿਲਾਂ ਸਾਨੂੰ ਗ੍ਰੀਨ ਰੈਵੋਲਿਊਸ਼ਨ ਦਿੱਤਾ ਸੀ 1966 'ਚ, ਉਹ ਵੀ ਲੁੱਟ ਕਸੁੱਟ ਸੀ। ਸਾਡਾ ਵਾਤਾਵਰਨ ਦਾ ਕੀ ਹੱਲ ਹੋ ਗਿਆ? ਸਾਡੇ ਇੱਥੋਂ ਹਿਊਮਨ ਰਿਸੋਰਸਿਸ ਦੇਖ ਲਓ, ਜਿਹੜੇ ਅਸੀਂ ਕਹਿੰਦੇ ਹਾਂ ਪ੍ਰਵਾਸ ਹੋ ਰਿਹਾ, ਉਹ ਬ੍ਰੇਨ ਡਰੇਨ ਆ ਨਾ। ਸਾਡੇ ਮੁੰਡੇ ਇੱਥੋਂ ਇੱਥੇ, ਉਹਨਾਂ ਕੋਲ ਕੁਛ ਹੈ ਹੀ ਨਹੀਂ, ਕਰਨ ਕੀ? ਨਾ ਉਹਨਾਂ ਕੋਲ ਨੌਕਰੀਆਂ, ਨਾ ਫਿਊਚਰ ਆ, ਉਹ ਇੱਥੋਂ ਬਾਹਰ ਜਾ ਰਹੇ ਆ। ਤਾਂ ਸਾਡੇ ਨਾਲ ਜਿਹੜੀ ਟ੍ਰੀਟਮੈਂਟ ਆ ਨਾ ਇੰਡੀਅਨ ਸਟੇਟ ਦੀ, ਉਹ ਬਹੁਤ ਹੀ ਕਲੋਨੀਅਲ ਸਟੇਟ ਵਾਂਗੂ ਸਾਨੂੰ ਗੁਲਾਮ ਬਣਾ ਕੇ ਰੱਖਣ ਵਾਲੀ ਆ। ਸਾਨੂੰ ਉਹ ਸਮਝਣਾ ਪਊਗਾ, ਫਿਰ ਕੋਈ ਨਾ ਕੋਈ ਅਸੀਂ ਜੇ ਸਮਝਾਂਗੇ ਮਸਲਿਆਂ ਨੂੰ ਤਾਂ ਹੱਲ ਵੱਲ ਵੱਧ ਸਕਦੇ। ਇਹ ਗੱਲ ਤੁਹਾਨੂੰ ਮੈਂ ਦੱਸਦਾ, ਗੱਲ ਕਿੱਥੇ ਪਈ ਆ ਅੱਜ ਪੰਜਾਬ ਨੂੰ। ਜੇ ਆਪਾਂ ਪੰਜਾਬ ਦੇ ਮਸਲਿਆਂ ਦੇ ਹੱਲ ਦੀ ਗੱਲ ਕਰਦੇ ਹਾਂ, ਕੋਈ ਖੁਦਮੁਖਤਿਆਰੀ 'ਤੇ, ਆਪਾਂ ਸ਼ੰਭੂ ਮੋਰਚੇ 'ਚੋਂ ਵੀ ਖੁਦਮੁਖਤਿਆਰ ਹੋਣ 'ਤੇ ਜ਼ੋਰ ਲਾਇਆ ਵੀ ਜਦੋਂ ਤੱਕ ਤੁਹਾਡੇ ਕੋਲ ਤੁਹਾਡੇ ਕਿਸਮਤ ਘੜਨ ਦੇ ਅਧਿਕਾਰ ਨਹੀਂ ਆ, ਉਦੋਂ ਤੱਕ ਤੁਸੀਂ ਕੋਈ ਵੀ ਪੰਜਾਬ ਦੇ ਮਸਲੇ ਨੂੰ ਹੱਲ ਨਹੀਂ ਕਰ ਸਕਦੇ, ਇੱਥੇ ਸਾਰਥਕ ਸਮਾਜ ਨਹੀਂ ਸਿਰਜ ਸਕਦੇ। ਹੁਣ ਗੱਲ ਕੀ ਹੁੰਦੀ ਆ, ਜਦੋਂ ਤੁਸੀਂ ਪੰਜਾਬ 'ਚ ਇੱਕ ਮਾਨਸਿਕਤਾ ਆਮ ਤੌਰ 'ਤੇ ਵੀ ਚੋਣਾਂ 'ਚ ਲੜੋ, ਚੋਣਾਂ ਜਿੱਤੋ, MLA MP ਬਣੋ ਅਤੇ ਫਿਰ ਕੋਈ ਹੱਲ ਮਿਲੂਗਾ, ਇਹ ਮਾਨਸਿਕਤਾ ਸਾਡੇ ਕਿਤੇ ਨਾ ਕਿਤੇ
अधूरी अधूरा सच है यह जड़ा कि झूठ तो भी वध खतरनाक हुंदा। सानू चोणा च 15-20% पंजाब का हल मिल सकता इहदे उत्ते नहीं। हुण जे खुद मुख्तियार गल कह के ते असी ये सोचिए, क्योंकि इंडियन स्टेट की चाहती है, इंडियन स्टेट चाहती है भी इन्हों ना अस इस स्ट्रक्चर च, इंडियन स्टेट के स्ट्रक्चर च, चोणा वाला स्ट्रक्चर आ लैके आओ घेर के, उद बाद असी इन्हों सामभ लाँगे, उद बाद इन्हों असी या तो असिमिलेट आपदे च मिला लाँगे या इन्हों इलिमिनेट करन दा ढंग साडे कोल हैगा। असी जदों जदों जिहड़े जिहड़े बंदे ने खुद मुख्तियारी की गल की आ, जिन्हां ने पंजाब दे हक्कां की गल की आ, किन्नियां एग्जाम्पलां देईए, जदों उह चोणां वी खेतर च आ गया, चोणां लड़ के जित गया, उदों बाद किसी ना किसी मौके पर जाके उन्हें उस स्टेट के स्ट्रक्चर च जज़्ब हो ही जाना हुंदा। इह तां तुसीं हुण रीसेंट एग्जाम्पल तो आप खहरा साहब की दे रहे हैं ना तुसीं, पर उदों पहलां मैं तुहानूं बहुत एग्जाम्पल्स दे देना। इस करके सानू पता होना चाहिए किहड़े बंदे साडे कॉन्फलैक्ट पॉलिटिक्स च होण, ਕਿਹੜੇ ਸਾਡੇ ਇਲੈਕਟਰੋਲ ਵੋਟ ਪੋਲੀਟਿਕਸ 'ਚ ਹੋਣ, ਕਿਹੜੇ ਸਾਡੇ ਸੰਘਰਸ਼ ਵਾਲੇ ਬੰਦੇ ਹੋਣ। ਸਾਨੂੰ ਸਾਰੇ ਪਾਸੇ ਜ਼ੋਰ ਲਾਉਣਾ ਪਊਗਾ ਬਾਈ ਜੀ। ਜੇ ਇਕੱਲੇ ਇੱਕ ਗੱਲ 'ਤੇ ਨਿਰਭਰ ਕਰੋਗੇ ਵੀ ਚੋਣਾਂ 'ਚ ਜਿੱਤ ਕੇ ਕੁਛ ਬਣੂਗਾ, ਤਾਂ ਫਿਰ ਉਹੀ ਹੋਊਗਾ ਵੀ ਉਹ ਥੋੜ੍ਹੀ ਦੇਰ ਗੱਲ ਤਾਂ ਕਰਨਗੇ ਪੰਜਾਬ ਦੇ ਚੋਣਾਂ 'ਚ ਕੀ ਕਰੋਗੇ। ਨਹੀਂ ਦੇਖੋ ਗੱਲ ਇਹ ਆ ਵੀ ਚੋਣਾਂ 'ਚ ਮੈਂ ਜਾਗਰੂਕ ਕਰੋਗੇ ਕੁਛ, ਹਾਂਜੀ ਜਾਗਰੂਕ ਕਰੋਗੇ ਲੋਕਾਂ ਨੂੰ। ਆਪਾਂ ਤਾਂ ਹਜੇ ਨੈਰੇਟਿਵ ਆਪਣੇ ਕੋਲ ਹੋਰ ਪੱਲੇ ਕੀ ਆ, ਪੱਲੇ ਕੁਛ ਵੀ ਨਹੀਂ ਹੈ ਨਾ। ਆਪਾਂ ਆਈਸੋਲੇਸ਼ਨ 'ਚ ਵੀ ਹਾਂ, ਅੱਜ ਪੰਜਾਬ 'ਚ ਸਭ ਕਿਸੇ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਨਾ, ਇਹ ਸੱਚਾਈ ਆ। ਆਈਸੋਲੇਟ ਹੋਏ ਪਏ ਆ, ਪਰ ਭਰੋਸਾ ਕੀ ਆ? ਭਰੋਸਾ ਉਸ ਅਕਾਲ ਪੁਰਖ ਵਾਹਿਗੁਰੂ 'ਤੇ। ਲੋਕਾਂ ਨੇ ਇਸ ਪਾਸੇ ਆਉਣਾ ਹੀ ਆਉਣਾ। ਆ ਤੁਸੀਂ 2022 ਵੀ ਟੱਪ ਜਾਣਗੇ, ਅਤੇ ਆਪਾਂ ਹੋਰ ਜਿਹੜੀਆਂ ਗੱਲਾਂ ਹਜੇ ਵਾਪਰ ਰਹੀਆਂ ਸਮਾਜ 'ਚ ਉਹ ਵੀ ਇੱਕ ਵਾਰੀ ਟੱਪ ਜਾਣ ਦਿਓ। ਤੁਸੀਂ ਵੇਖਿਓ ਲੋਕਾਂ ਨੇ ਅਸਲ ਗੱਲ 'ਤੇ ਆਉਣਾ ਹੀ ਆਉਣਾ, ਲੋਕਾਂ ਨੂੰ ਉਹ ਗੱਲ ਸਮਝ ਆਊਗੀ, ਪਰ ਉਹ ਉਸ ਵੇਲੇ ਨਹੀਂ ਆਉਂਦੀ ਹੁੰਦੀ ਜਦੋਂ ਉਹ ਪਲਾਂਟ ਕੋਈ ਸੀਡ ਕੀਤਾ ਜਾਂਦਾ ਹੈ ਨਾ। ਸੋ ਇਸ ਕਰਕੇ ਆਪਣਾ ਅੱਜ ਫਰਜ਼ ਇਹ ਆ ਵੀ ਆਪਾਂ ਨੈਰੇਟਿਵ ਬਿਰਤਾਂਤ ਜਿਹੜਾ ਹੁੰਦਾ ਹੈ ਨਾ, ਲੋਕਾਂ ਨੂੰ ਜਾਗਰੂਕ ਕਰਦੇ ਰਹੀਏ ਨੈਰੇਟਿਵ ਪੱਧਰ 'ਤੇ, ਅਤੇ ਆਉਣ ਵਾਲੇ ਸਮੇਂ 'ਚ ਆਪਾਂ ਜਥੇਬੰਦਕ ਹੋ ਕੇ, ਜਿਹੜੇ ਕਿ ਆਪਾਂ ਜਥੇਬੰਦਕ ਹੋ ਰਹੇ ਹਾਂ, ਉਦੋਂ ਫਿਰ ਦੇਖੀਏ ਵੀ ਆਪਾਂ ਸੋਸ਼ਲ ਇੱਕ ਮੂਵਮੈਂਟ ਕਿਵੇਂ ਖੜੀ ਕਰ ਸਕਦੇ ਹਾਂ, ਤਾਂ ਕਿ ਅਸੀਂ ਗਾਂਹ ਕੋਈ ਤੁਰ ਸਕੀਏ ਪੰਜਾਬ ਦੇ ਮਸਲਿਆਂ ਨੂੰ ਸਮਝ ਕੇ ਹੱਲ ਵੱਲ ਨੂੰ ਵੱਧ। ਦੱਸਦੀ ਕਿ ਦੀਪ ਸਿੱਧੂ ਬਾਬਾ ਫਰੀਦ ਦੇ ਆਗਮਨ ਪੁਰਬ 'ਤੇ ਗੁਰਦੁਆਰਾ ਸਾਹਿਬ ਟਿੱਲਾ ਬਾਬਾ ਫਰੀਦ ਵਿਖੇ ਨਤਮਸਤਕ ਹੋਣ ਪਹੁੰਚੇ ਸਨ। ਫਰੀਦਕੋਟ ਤੋਂ ਗੁਰਜੀਤ ਰੋਮਾਣਾ ਦੀ ਰਿਪੋਰਟ, D5 ਚੈਨਲ ਪੰਜਾਬੀ। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ 'ਤੇ ਕਲਿੱਕ ਕਰੋ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗਿਆਨੀ ਸਾਹਿਬ ਸਿੰਘ ਜੀ ਸ਼ਾਹਬਾਦ ਮਾਰਕੰਡਾ ਵਾਲਿਆਂ ਨਾਲ ਕਰੋ ਸਿੱਧੀ ਗੱਲਬਾਤ ਤੇ ਜਾਣੋ ਗੁਰਬਾਣੀ ਦੇ ਅਰਥ। ਰੋਜ਼ਾਨਾ ਪਾਠ ਕਰਨ ਵਾਲੇ ਇਹ ਪ੍ਰੋਗਰਾਮ ਜ਼ਰੂਰ ਦੇਖਣ ਤੇ ਗੁਰੂ ਸਾਹਿਬ ਦੀਆਂ ਅਸੀਸਾਂ ਦੇ ਪਾਤਰ ਬਣਨ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਗੁਰਬਾਣੀ ਗਿਆਨ, ਐਤਵਾਰ ਸਵੇਰੇ 7 ਤੋਂ 8 ਵਜੇ ਤੱਕ D5 ਚੈਨਲ ਪੰਜਾਬੀ 'ਤੇ।